ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿੰਦਾਬਾਦ, ਰਣਜੀਤ ਸਿੰਘ ਜੀ ਬਾਦਲ ਜਿੰਦਾਬਾਦ। ਤੇ ਜਿੱਥੇ ਮੈਂ ਸੀਗਾ ਇਹ ਪਾਰਟੀ ਆਪਣੇ ਸ਼ਹੀਦਾਂ ਦੀ ਪਾਰਟੀ, ਕੋਈ ਗਲਤਫਹਿਮੀਆਂ ਸਨ, ਨਹੀਂ ਸਾਨੂੰ ਯੋਗਸਥਾਨ ਦਿੱਤਾ। ਧੁੱਗਾ ਸਾਹਿਬ ਦੀਆਂ ਵਧੀਕੀਆਂ ਸਨ ਹਲਕੇ ਦੇ ਲੋਕਾਂ ਨਾਲ, ਮੇਰੇ ਨਾਲ ਮੈਨੇਜਰ ਲੈਂਦਾ ਲੋਕਾਂ ਨਾਲ ਸਨ। ਲੋਕਾਂ ਦਾ ਆਦਰ ਮਾਣ ਸਰਕਾਰ ਪਹਿਲਾਂ MLA ਸ਼ਿਪ ਲੀਡਰੀਆਂ, ਬਾਅਦ ਚ ਲੋਕ ਕੱਖ ਵੀ ਨਹੀਂ ਗਿਆ। ਇਹ ਲੋਕ ਮਾਣ ਬਖਸ਼ਣ ਵਾਲੇ ਨੇ, ਮਨਾਂ ਦੇ ਮੇਰਾ ਪੁੱਤਰ, ਮੈਂ ਪੁੱਤਰ ਦੀ ਨਾ ਕਰੂੰ ਹੋਰ ਕਿਹਦੀ ਕਰੂੰਗਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਅਤੇ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ, ਕਿ ਜਿਨ੍ਹਾਂ ਵੱਲੋਂ ਉਹਨਾਂ ਦੇ ਹੁਕਮਾਂ ਅਨੁਸਾਰ ਇਸ ਹਲਕੇ ਦੀ ਸੇਵਾ ਕਰਨ ਵਾਸਤੇ ਹਾਜ਼ਰ ਹੋਏ ਹਾਂ। ਅਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਕੈਪਟਨ ਬਲਬੀਰ ਸਿੰਘ ਜੀ ਬਾੜ ਸਾਹਿਬ, ਚੀਮਾ ਸਾਹਿਬ ਅਤੇ ਹੋਰ ਵੀ ਸਾਰੇ ਸਮੁੱਚੇ ਜਿਹੜੇ ਹਲਕੇ ਦੇ ਜ਼ਿੰਮੇਵਾਰ ਵੀਰ ਨੇ, ਸਾਰੇ ਅੱਜ ਇਕੱਠੇ ਹੋਏ ਨੇ ਅਤੇ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ। ਮੈਂ ਸਮਝਣਾ ਕਿ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਰੇ ਹੀ ਜ਼ਿੰਮੇਵਾਰ ਜਿਹੜੇ ਆਗੂ ਸਾਹਿਬਾਨ ਨੇ ਉਹ ਸਾਰੇ ਅੱਜ ਇਕੱਠੇ ਹੋਏ ਨੇ।